ਏ ਆਕਾਸ਼ ਵਾਣੀ ਜੰਮੂ ਹੈ ਸੰਜਾ ਖਬਰਿਸ ਤੋਂ ਦਸ ਸਵਾਗਤ ਖਾਸ ਖਾਸ ਖਬਰਾਂ ਹਨ ਮੈਂ ਨਿਰਮਲ ਵਿਕਰਮ ਗ੍ਰਹਿ ਤੇ ਰੱਖਿਆ ਮੰਤਰਾਲੇ ਅਗਨੀ ਵੀਰਿਆਂ ਅਸਤਾ ਪਹਿਲੇ ਥਾ ਮੌਜੂਦ ਆਰਖਸ਼ਨ ਦੇ ਇਲਾਵਾ 10 ਫੀਸਦੀ ਵਾਧੂ ਆਰਖਸ਼ਨ ਕੋਟੇ ਦੀ ਕੋਚਨਾ ਕੀਤੀ ਹੈ ਪੁਲਵਾਮਾ ਜ਼ਿਲ੍ਹੇ ਦੀ ਸੰਬੂਰਾਥਾਰ ਆਤੰਕਵਾਦੀਏ ਪੁਲਸਾ ਦੇ ਸਬ ਸਬ ਇੰਸਪੈਕਟਰ ਦੀ ਅਤਿਆ ਕਰ ਦਿੱਤੀ ਹੈ ਤਾਂ ਹੀ ਹੰਦਵਾੜਾ ਬਾਰਾਮੂਲਾ ਸੜਕਾ ਪਰ ਇੱਕ ਬਰੂਦੀ ਸੁਰੰਗ ਕੀ ਨਸ਼ਟ ਕਰ ਦਿੱਤਾ ਗਿਆ ਪਦਰਵਾਚ ਆਲਾਤ ਤੇਜ਼ੀ ਕਰਨੇ ਸਾਮਾਨ ਨੇ ਉਹ ਅਰਦਨ ਅੱਜ 12 ਘੰਟੇ ਆਸਤਾ ਕਰਫਿਊ ਚਟਿਲ ਦਿੱਤੀ ਗਈ ਇਸ ਦੌਰਾਨ ਕੋਈ ਮਾੜੀ ਘਟਨਾ ਦੀ ਖਬਰ ਨਹੀਂ ਹੈ ਹਰ گاਉ ਹਰਿਆਲੀ ਪ੍ਰੋਗਰਾਮ ਤਹਿਤ 2022-23 ਬਰਿਆਸਤ ਹੈ 1 ਕਰੋੜ 35 ਲੱਖ ਬੂਟੇ ਲਾਉਣੇ ਦਾ ਲਕਸ਼ ਰੱਖਿਆ ਗਿਆ ਹੈ ਅਲਕੀ ਵਰਖਾ ਦੇ ਬਾਅਦ ਜੰਮੂ ਕਸ਼ਮੀਰ 'ਚ ਗਰਮੀ थਮਾ ਰਾਤ ਤੋਂ ਹੀ ਹੈ ਅਗਲੇ 24 ਘੰਟੇ 'ਚ ਰੁਕੀ ਰੁਕੀ ਵਰਖਾ ਪੋਨੇ ਦੇ ਆਸਾਰ 'ਨ ਤਾਜ਼ਾ ਪੱਸੀਆਂ ਪੋਨੇ ਦੇ ਬਾਅਦ ਗੱਟੀਆਂ ਲਈ ਅੰਸ਼ਿਕ ਤੌਰ 'ਤੇ ਜਨਰਲੀ ਸੜਕ ਖੋਲੀ ਦਿੱਤੀ ਗਈ ਹੈ ਉਨ ਖਬਰੇ ਦੀ ਤਫਸੀਲ ਕਰਨਾ ਵਿਜੇ Bajaj ਰੱਖਿਆ ਮੰਤਰਾਲੇ ਨੇ ਮੈਕਮੇਚ 10% ਅਸਾਮੀਆਂ ਔਕੜੇ ਅਗਨੀਵੀਰਿਆਂस्ते ਅਰਕਸ਼ਿਤ ਕਰਨ ਦੇ ਪ੍ਰਸਤਾਵ ਕੀ ਮਨਜ਼ੂਰੀ ਦੇ ਦਿੱਤੀ ਹੈ ਜਿਹੜੇ ਕਾਬਲੀਅਤ ਸਰਬੰਦੀ ਮਾਪਦੰਡੇ ਪਰ ਖਰੇ ਉਤਰ ਦੇਉਂਗਣ ਇੱਕ ਟਵੀਟਸ ਨੇਚ ਰੱਖਿਆ ਮੰਤਰੀ ਰਾਜਨਾਥ ਸਿੰਘ ਗੋਰੀਆ ਆਖਿਆ ਜੇ 10% ਅਸਾਮੀਆਂ ਅਰਕਸ਼ਿਤ ਕਰਨ ਦਾ ਇਹ ਫੈਸਲਾ ਭਾਰਤੀ ਤਟ ਰੱਖਸ਼ਕ ਬਲ ਤੇ ਡਿਫੈਂਸ ਸਿਵਿਲੀਅਨ ਅਸਾਮੀਆਂ ਤੇ ਸਰਵਜਨਿਕ ਖੇਤਰ ਦੇ ਸਭਨੇ 16 ਰੱਖਿਆ ਉਪਕਰਮੇ ਚ ਲਾਗੂ ਕੀਤਾ ਜਾਗ ਇਹ ਅਰਖਣ ਸਾਬਕਾ ਫੌਜੀਾਂ ਲਈ ਪਹਿਲੇ ਸ਼ਾਮ ਮੌਜੂਦ ਅਰਖਣ ਥਮਬਾਤੂਗ ਇਹਦੇ ਸ਼ਹਿ ਪਹਿਲੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਕੇਂਦਰੀ ਥਿਆਰਬੰਦ ਪੁਲਸ ਬਲੇਨ ਤੇ ਅਸਾਮ ਰਾਈਫਲਸ ਚ ਪਰਥਿਲੇ 10% ਅਸਾਮੀਆਂ ਅਗਨੀ ਵੀਰੇ ਲਈ ਅਰਖਸ਼ਿਤ ਕਰਨੇ ਦਾ ਐਲਾਨ ਕੀਤਾ ਇਤਲਾਵਾ ਅਗਨੀ ਵੀਰੇ ਲਈ ਇਸ ਬਰੇ ਦੀ ਪ੍ਰਸਤਾਵਿਤ ਪਰਥਿਕਿਤ ਪਹਿਲੇ ਗਾ ਉਮਰ ਦੀ ਬਦੋਬਦ ਅੰਤ ਚ ਛੂਟ ਦਿੱਤੇ ਜਾਣੇ ਦਾ ਫੈਸਲਾ ਵੀ ਕੀਤਾ ਚਾਈ ਚੁਕੇ ਦਾ ਪੁਲਵਾਮਾ ਜ਼ਿਲ੍ਹੇ ਦੇ ਪੰਪੋਰ ਲਾਕੇਚ ਆਤੰਕਵਾਦੀਆਂ ਜੰਦੀ ਸਹਿਆ ਪੁਲਸਾ ਦੇ ਇੱਕ ਸਬ ਇੰਸਪੈਕਟਰ ਦੀ ਉਸਲੇ ਗੋਲੀ ਮਾਰੀਏ ਅਤਿਆ ਕਰ ਦਿੱਤੀ ਜਿਸਲੇ ਉਹ ਆਪਣੇ ਕਾਰੈਸ਼ਾ ਨਿਕਲੀ ਹੈ ਆਪਣੇ ਖੇਤਰ ਵਿੱਚ ਕੰਮ ਕਰਨ ਲਈ ਕੇਦਾ ਹੈ ਪੁਲਸਾ ਦੇ ਇੱਕ ਪ੍ਰਵਕਤਾ ਮੁਜਬ ਆਈ ਆਰ ਪੀ ਦੀ ਤ੍ਰਈ ਬਟਾਲੀਅਨ ਚ ਸਬ ਇੰਸਪੈਕਟਰ ਦੇ ਅਹੁਦੇ ਪਰ ਤਨਾਤ ਸੰਬੂਰਾ ਦੇ ਰੌਣੀ ਵਾਲੇ ਫਾਰੂਕ ਅਹਿਮਦ ਮੀਰ ਹੁੰਦਾ ਸ਼ਬ ਅੱਜ ਬੜਲੇ ਉਹਦੇ ਕਾਰੈ ਦੇ ਨੇੜੇ ਮੁੰਜੀ ਦੇ ਖੇਤਰ ਵਿੱਚ ਬਰਾਮਦ ਹੋਆ ਸ਼ੁਰੂਆਤੀ ਜਾਂਚ ਤੋਂ ਮਾ ਇਹ ਪਤਾ ਲੱਗ ਗਿਆ ਜੇ ਉਹ ਕਲਸਨੀਆਂ ਆਪਣੇ ਕਾਰਜਸ਼ੈਣ ਲਈ ਖੇਤਰ ਵਿੱਚ ਕੰਮ ਕਰਨ ਲਈ ਗਿਆ ਹ ਜਿਸਲੇ ਅਤਿਨਕਵਾਦੀਏ ਗੋਲੀ ਮਾਰੀਏ ਉਹਦੀ ਅਤਿਆ ਕਰ ਦਿੱਤੀ ਸ਼ਹੀਦ ਜਵਾਨ ਦੀ ਸ਼ਰਧਾਂਜਲੀ ਦੇ ਨਾਸਤੇ ਅੱਜ ਪੁਲਵਾਮਾ ਚ ਕਾਰਕਰਮ ਦਾ ਆਯੋਜਨ ਕੀਤਾ ਗਿਆ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਚ ਹੰਦਵਾੜਾ ਬਾਰਾਮੂਲਾ ਛੜਕਿਆਪਰਾ ਸੁਰੱਖਿਆ ਬਲੇ ਅੱਜ ਇੱਕ ਆਈਈਡੀ ਵਾਲਾ ਲੇਖਾ ਵਿਸਫੋਟਕ ਬਰਾਮਦ ਕੀਤਾ ਜਿਸੇ ਮਗਰਾ ਨਕਾਰਾ ਕਰ ਦਿੱਤਾ ਗਿਆ ਫੌਜ ਦੇ ਗਸ਼ਤੀ ਦਲ ਨੇ ਪੰਡਿਤਪੁਰਾ ਬਾਰਾਮੂਲਾ ਦੇ ਨੇੜੇ ਆਈਈਡੀ ala ਲੇਖਾ ਦਾ ਇੱਕ ਵਿਸਫੋਟਕ ਦਿਖਿਆ ਜਿਹਦੇ ਤੁਰਤ ਮਗਰਾ ਇਲਾਕੇ ਚ ਗੱਡੀਆਂ ਦੀ ਆਉ ਜਾਏਗੀ ਰੋਕੀ ਦਿੱਤਾ ਗਿਆ ਮਗਰਾ ਬੰਬ ਨਕਾਰਾ ਕਰਨ ਵਾਲੇ ਦਸਤੇਗੀ ਉੱਥੇ ਸੱਦੀ ਲੱਤਾ ਗਿਆ ਜਿਨੇ ਇਸ ਆਈਈਡੀ ਕੀ ਨਕਾਰਾ ਕਰੀ ਦਿੱਤਾ ਜਮ ਕਸ਼ਮੀਰ ਦੇ ਪਦਰਵਾਚ ala ਚ ਬੇਤਰੀ ਕੀ ਦਿਖਦੀ ਹੋਈ ਪ੍ਰਸ਼ਾਸਨ ਨੇ ਅੱਜ ਵੱਢ ਲੈ 7 ਵਜੇ ਤਮਾ ਕਰਫਿਊ ਚ 12 ਘੰਟਿਆਂ ਦੀ ਟਿੱਲ ਦਿੱਤੀ ਧਿਆਨ ਜੋਗ ਹੈ ਜੇ ਪੱਧਰਵਾਸ ਚ ਕਿਸ਼ਰੋਜ ਪਹਿਲੇ ਇੱਕ ਇਤਰਾਸ ਜੋਗ ਸੋਸ਼ਲ ਮੀਡੀਆ ਪੋਸਟ ਗਈ ਲਈ ਹੈ ਸਮਪਰਦਾਇਕ ਤਨੁਤਨੀ ਵਾਲੀ ਸਥਿਤੀ ਪੈਦਾ ਹੋਈ ਗਈ ਹੀ ਹੁਆ ਇhtiyat ਦੇ ਤੌਰ ਪਰ ਸਭ ਨੇ ਸਿੱਖਿਆ ادارے ਕੀ ਬੰਦ ਕਰ ਰੱਖਿਆ ਗਿਆ ਹੈ ਤੇ ਮੇਦ ਹੈ ਜਿ ਸਿੱਖਿਆ ادارے ਕੀ ਉਹਨਾਂ ਆਉਂਦੇ ਸੰਗਾਰੇ ਖੋਲੀ ਦਿੱਤਾ ਜਾਗ ਪੱਧਰਵਾਗੀ ਛੋੜੀ ਹੈ ਡੋਡਾ ਜ਼ਿਲ੍ਹੇ ਚ ਬ੍ਰੌਡਬੈਂਡ ਤੇ ਮੋਬਾਈਲ ਇੰਟਰਨੈਟ ਸੇਵਾਇਂ ਕੀ ਬਾਲ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਪਾਸਿਆ ਇhtiyat ਦੇ ਤੌਰ ਉਪਰ ਇੰਟਰਨੈਟ ਸੇਵਾਇਂ ਕੀ ਨਵੇਂ ਦਿਨੇ ਤੱਕ ਅਰ ਮੁਅੱਤਲ ਰੱਖਿਆ ਗਿਆ ਹਾਲਾਤ ਦਾ ਨਵੇਂ ਸਿਰਿਆ ਜਾਇਜ਼ਾ ਲੈਣੇ ਪ੍ਰੰਤ ਮੇਦ ਹੈ ਜੇ ਪਦਰਵਾਚ ਵੀ ਇੰਟਰਨੈਟ ਸੇਵਾਵਾਂ ਦੀ ਤਾਉਲਿੰਗ ਹੈ ਬਾਲ ਕਰੀ ਦਿੱਤਾ ਜਾਗ ਕਾਨੂੰਨ ਵਿਵਸਥਾ ਬਣਾਈ ਰੱਖਣੇ ਲਈ ਕਸਬੇ ਚ ਪੁਲਿਸ ਤੇ ਸੁਰੱਖਿਆ ਬਲਾਂ ਦੀ ਲੋੜ ਦੀ ਤਨਾਤੀ ਬਰੋਬਰ ਜਾਰੀ ਰੱਖੀ ਗਈ ਦੀ ਹੈ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਤੇ ਪੁਲਸਾ ਦੇ ਏ ਡੀਜੀਪੀ ਮੁਕੇਸ਼ ਸਿੰਘ ਹੋਰੇ ਆਉਂਦੀ ਅਮਰਨਾਥਨ ਦੀ ਯਾਤਰਾ ਕੀਤੇ ਸੁਰੱਖਿਆ ਪ੍ਰਬੰਧਨ ਦਾ ਜਾਇਜ਼ਾ ਲੈਤਾ ਹੈ ਯਾਤਰਾ ਸੁਰੱਖਿਆ ਦਾ ਮੁਆਇਨਾ ਕਰਨ ਲਈ ਅਜ਼ਮਾਇਸ਼ ਦੇ ਤੌਰ ਉਪਰ ਉਹ 20 ਸੁਰੱਖਿਆ ਗੱਡੀਆਂ ਦੇ ਕਾਫਲੇ ਦੀ ਅਗਵਾਈ ਕਰਦੀ ਹੋਈ ਅੱਜ ਬੱਡਲਾ ਜੰਮੂ-ਤਮਾ ਬਨਿਆਲ ਲਈ ਰਵਾਨਾ ਹੋਏ। ਬੱਤਾ ਉਹਨੇ ਸੁਰੱਖਿਆ ਕਰਮੀਆਂ ਦੀ ਤੈਨਾਤੀ ਲਈ ਤਾਲੀ ਕਦੀ ਥਾਰੇ ਤੇ ਉਰਦੂਏ ਪ੍ਰਬੰਧਨ ਦਾ ਵੀ ਨਿਰੀਖਣ ਕੀਤਾ। ਅਧਿਕਾਰੀਆਂ ਜਾਣਕਾਰੀ ਦਿੱਤੀ ਹੈ ਜੇ ਯਾਤਰਾ ਮੌਸਮ ਖਰਾਬ ਹੋਣੇ ਕਿਸੇ ਕੁਦਰਤੀ ਕਰੋਪੀ ਜਾਂ ਕਿਸੇ ਹੋਰ ਕਾਰਨ ਰਸਤਾ ਬੰਦ ਹੋਈ ਜਾਣ ਦੀ ਸੂਰਤਾਂ ਚ ਯਾਤਰੀਆਂ ਕੀ ਕੁੱਥੇ ਠਹਿਰਾਇਆ ਜਾਣਾ ਇਹਦੇ ਬਾਰੇ ਇੱਕ ਅਪਾਤ ਯੋਜਨਾ ਪਹਿਲਾਂ ਹੀ ਤਿਆਰ ਕਰੀ ਲਾਤੀ ਕੇ ਦੀ ਹੈ। ਇਹ ਦੇ ਲਾਵਾ ਰਸਤਾ ਤਾਉਲੇ ਖੋਲ ਲੀਏ ਗੱਟੀਆਂ ਦੀ ਆਉਜਾਈ ਬਾਲ ਕੀਤੀ ਜਾ ਇਹਦੇ ਵਾਸਤੇ ਕੀਤੇ ਗਏ ਉਪਾਏ ਤੇ ਪ੍ਰਬੰਧਨ ਦਾ ਵੀ ਜਾਇਜ਼ਾ ਲੈਂਤਾ ਗਿਆ 43 ਦਿਨਾਂ ਦੀ ਇਹ ਯਾਤਰਾ ਇਸ ਵਾਰੀ 3 ਜੂਨ ਨੂੰ ਸ਼ੁਰੂ ਹੋਈ ਹੈ ਰਖੜ ਪੁੰਨਿਆਲੇ ਦਿਨ ਸੰਪੰਨ ਹੋ ਰਹੀ ਹੈ ਕਿ ਜੇ ਇਹ ਯਾਤਰਾ ਕੋਰੋਨਾ ਦੇ ਚਲਦੇ ਪਿਛਲੇ ਦੰਹ ਬਰੇਮਪੰਤ ਰੱਖੀ ਗਈ ਹੀ ਇਸ ਲਈ ਸ਼ਰਦਾਲ ਨੂੰ ਬੜਾ ਮਤਾ ਉਤਸ਼ਾਹ ਦਿਖਣੇ ਕਿ ਲੱਭਰਤਾ ਤੇ ਅਜੰਟੋੜੀ 2 ਲੱਖ ਕੁਲਾ ਮਤੇ ਲੋਕਾਂ ਅਮਰਨਾਥ ਦੇ ਦੀ ਯਾਤਰਾ ਲਈ ਆਪਣਾ ਨਾਂ ਦਰਜ ਕਰਵਾਈ ਲੱਤੇ ਦਾ ਭਾਰਤ ਦੀ ਆਜ਼ਾਦੀ ਦਾ 75ਵਾਂ ਬਰਾ ਸ਼ੁਰੂ ਹੋਣ ਦੇ سلسلے ਚ ਆਕਾਸ਼ਵਾਣੀ ਜੰਮੂ ਦਾ ਖੇਤਰੀ ਸਮਾਚਾਰ ਇਕਾਂਚ ਜੰਮੂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟਸ ਵੈਲਫੇਅਰ ਦੇ ਸਹਿਯੋਗ ਕੰਨਾ ਪੇਸ਼ ਕਰਾ ਕਰਦਾ ਹੈ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਕੁਇਜ਼ ਇੰਡੀਆ ਐਟ 75 ਇਹਦੇ ਤਹਿਤ ਅਰ ਸੰਗਾਰਾਂ ਬਦਲੇ ਨੌ ਬੀ ਵਾਲੇ ਡੋਗਰੀ ਬੁਲਟਨ ਚ ਇੱਕ ਸਵਾਲ ਪੁੱਛਿਆ ਜਾਂਦਾ ਹੈ ਜਿਹਦਾ ਜਵਾਬ ਸ਼੍ਰੋਤਾ ਸਾਡੇ ਈਮੇਲ ਐਡਰੈਸ india75quiz@gmail.com ਉੱਪਰ ਭੇਜੀ ਸਕਦੇ ਨੇ ਜੀ 20 ਤਾਲ ਪਰਚੀ ਰਾਇ ਕੀਤੀ ਜਾਂਦੀ ਹੈ ਤੇ ਉਹਦੇ ਨਾਂ ਦੀ ਕੋਸ਼ਨਾ ਅਗਲੇ ਰੋਜ਼ ਮੰਗਲਵਾਰ ਬੱਦਲੇ ਵਾਲੇ ਡੋਗਰੀ ਬੁਲਟਨ ਚ ਕੀਤੀ ਜਾਂਦੀ ਹੈ। ਸ਼੍ਰੋਤਾਏ ਅੱਗੇ ਅਪੀਲ ਹੈ ਜਿਉਂ ਜਵਾਬ ਦੇ ਕੰਨੇ ਆਪਣਾ ਪੂਰਾ ਪਤਾ ਵੀ ਲਿਖਨ ਤਾਂ ਜੇ ਜੇਤੂਏ ਕੀ ਸਰਟੀਫਿਕੇਟ ਡਾਕ ਰਾਹੀਂ ਉਹਦੇ ਕਰੇ ਤੱਕਰ ਪਹੁੰਚਾਈ ਜਾ ਸਕਨ। ਸ਼੍ਰੋਤਾਏ ਅੱਗੇ ਇੱਕ ਵੀ ਅਪੀਲ ਹੈ ਜਿਉਂ ਸਰਟੀਫਿਕੇਟ ਥੋਨੇ ਮਗਰਾ ਉਹਦੇ ਕੰਨੇ ਆਪਣੀ ਇੱਕ ਸੈਲਫੀ ਖੇਚੀ ਹੈ ਅਸਾਂ ਕੀ ਇਸ ਦਾ ਈਮੇਲ ਆਈਡੀ ਉੱਪਰ ਭੇਜਨ ਤਾਂ ਜੇ ਅਸ ਉਸੀ ਆਪਣੇ ਸੋਸ਼ਲ ਮੀਡੀਆ ਉੱਪਰ ਅਪਲੋਡ ਕਰੀ ਸਕਚਾ। ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਤੋਂ ਸੁਣਾ ਰਤੀਓ ਉਹਨਾਂ ਬਾਕੀ ਦੀਆਂ ਖਬਰਾਂ ਕਰਨਾ ਹੈ ਨਰਮਲ ਵਿਕਰਮ ਹਰ گاਉ ਹਰੀਆਲੀ ਪ੍ਰੋਗਰਾਮ ਤਹਿਤ ਜੰਮੂ ਕਸ਼ਮੀਰ ਦੇ ਪਿਛਲੇ ਤਰ੍ਹਾਂ ਭਰੇ ਚ ਕੁੱਲ ਜੰਗਲਾਤੀ ਇਲਾਕੇ ਚ ਵਾਦਾ ਦਰਜ ਕੀਤਾ ਗਿਆ ਹੈ 2022-2023 ਬਰੇ ਆਸਤਾ ਚੇਚੇ ਤੌਰ ਉਪਰ 1 ਕਰੋੜ 35 ਲੱਖ ਨਵੇਂ ਰੁੱਖ ਬੂਟੇ ਲਾਉਣੇ ਦਾ ਲਕਸ਼ ਰੱਖਿਆ ਗਿਆ ਹੈ ਜਿੰਦੇ ਚਾ 26 ਲੱਖ 50 ਹਜ਼ਾਰ ਬੂਟੇ ਗ੍ਰਾਮ ਪੰਚਾਇਤ ਰੁੱਖ ਬੂਟੇ ਲਾਣੇ ਵਾਲੀ ਕਮੇਟੀ ਦੀ ਸਰਗਰਮ ਸ਼ਮੂਲੀਅਤ ਕਨੇ ਲਾਏ ਜਾਣਗਣ ਜੰਮੂ ਕਸ਼ਮੀਰ ਚ ਜੰਗਲਾਤੀ ਤੇ ਰੁੱਖ ਬੂਟੇ ਲਾਣੇ ਆਲਾ 55 ਫੀਸਦੀ ਇਲਾਕਾ ਹੈ ਜੇਦੀ ਰਾਸ਼ਟਰੀ ਦਰ 24.56% ਬੜੀ ਮਤੀ ਹੈ। ਪਰਿਆਵਰਣ ਤੇ ਜੰਗਲਿਆਸਤ ਹੈ तकरीबन 200.76 ਕਰੋੜ ਰੁਪਏ ਦੀ ਰਕਮ ਸਾਲਾਨਾ ਕੇਪੈਕਸ ਬਜਟ ਤਹਿਤ ਬਖ ਰੱਖੀ ਗਈ ਹੈ। ਜੰਮੂ ਕਸ਼ਮੀਰ ਚ ਦਿਨ ਪਰ ਬਦਲੋ ਖਰੋਣੇ ਦੇ ਬਾਅਦ ਦੁਪਹਿਰ ਨੂੰ ਅੰਦੀ ਚਖੜ ਕੰਨਾ ਅਰ ਬਰਖਾ ਹੋਈ ਮੌਸਮ ਵਿਭਾਗ ਨੇ ਆਖਿਆ ਜੇ ਅਗਲੇ 24 ਘੰਟੇ ਦੌਰਾਨ ਉਪਰਲੀ ਧਾਰੇ ਤੇ ਕਿਸ਼ਮਦਾਣੀ ਇਲਾਕਿਆਂ 'ਚ ਵੀ ਰੁਕੀ ਰੁਕੀ ਵਰਖਾ ਪਉਣ ਦੇ ਅਸਾਰਨ ਸਾਡੇ ਸੰਭਾਲੇ ਸੰਵਾਦਤਾ ਸਤਪਾਲ ਹੁੰਦੇ ਮੁਜਬ ਜਿੱਥੇ ਇਸ ਬਰਖਾ ਦੇ ਕਾਰਨ ਗਰਮੀ ਥਮਾ ਰਾਤ ਤੋਂ ਹੀ ਹੈ ਉਥਾ ਗਿਆ ਕਿਸਾਨ ਵਰਗ ਵੀ ਖਾਸਾ ਖੁਸ਼ ਹੈ ਪਰ ਮੌਸਮ ਵਿਭਾਗ ਨੇ ਕਿਸਾਨਾਂ ਨੂੰ 22 ਜੂਨ ਤੋੜੀ ਫਸਲਾਂ ਉੱਪਰ ਛਿੜਕਾ ਨਹੀਂ ਕਰਨ ਦੀ ਸਲਾਹ ਦਿੱਤੀ ਹੈ ਅੱਜ ਸਮਰੋਲੀ ਥਾਰ ਪਾਰੀ ਵਰਖਾ ਦੇ ਕਾਰਨ ਤਾਜ਼ਾ ਪੱਸੀਆਂ ਪੋਨੇ ਕਰੀ ਜੰਮੂ ਸੇ ਨਗਰ ਜਨਨਲੀ ਸੜਕ ਬੰਦ ਹੋਈ ਗਈ ਹੈ ਤੇ ਸੜਕਾਂ ਸੈਂਕੜਾਂ ਵੱਡੇ ਵਾਹਨ ਗੱਡੀਆਂ ਰਸਤੇ 'ਚ ਫਸੀ ਹੋਈਆਂ ਪਹਾੜੀ ਉਪਰ ਆ ਪੋਨੇ ਵਾਲੇ ਜੰਨੀ ਬੱਟੇ ਦੀ ਜੜ੍ਹ 'ਚ ਆਈ ਹੈ ਦੋ ਨਿੱਜੀ ਕਾਰਾਂ 'ਕੀ ਨੁਕਸਾਨ ਪੁੱਜਾ ਹੈ ਰਾਮਬਨ ਜ਼ਿਲ੍ਹੇ ਦੀ ਪੰਥਿਆਲ ਥਾਰ ਪੇਸ਼ ਆਏ ਦੇ ਇਸ ਹਾਦਸੇ 'ਚ ਉਹਾਂ ਗੱਡੀਆਂ 'ਚ ਸਵਾਰ ਮੁਸਾਫਰਾਂ ਦੀ ਕੋਈ ਚੋਟ ਨਹੀਂ ਆਈ ਹੈ ਸੜਕਾਂ ਦੀ ਸਾਫ਼ ਕਰਨ ਵਾਲੀਆਂ ਏਜੰਸੀਆਂ ਮਸ਼ੀਨਾਂ ਤੇ ਆਦਮੀਆਂ ਦੀ ਕੰਮਾਂ ਪਰ ਲਾਈ ਹੈ ਟ੍ਰੈਫਿਕ ਦੀ ਲਗਾਤਾਰ ਵਰਖਾ ਦੇ ਬਾਵਜੂਦ ਇੱਕ ਤਰਫਾ ਖੋਲੀ ਦਿੱਤਾ ਹੈ ਨੈਸ਼ਨਲ ਕਾਨਫਰੰਸ ਦੇ ਪ੍ਰਮੁੱਖ ਫਾਰੂਖ ਅਬਦੁੱਲਾ ਹੋਰ ਹੈ ਅੱਜ ਰਾਸ਼ਟਰਪਤੀ ਚੋਣਾਂ ਲਈ ਵਿਪਖਸ਼ਾ ਸਿਆ ਪ੍ਰਸਤਾਵਿਤ ਆਪਣੇ ਨਾਂ ਹੀ ਵਾਪਸ ਲੈ ਲਤਾ ਹੈ ਦਾਵਾ ਕੀਤਾ ਜਾ ਰਿਹਾ ਹੈ ਜੇ ਵਿਪੱਖਸ਼ ਨੇ ਸਾਂਝੇ ਮੇਦਵਾਰ ਦੇ ਦੌਰ ਉੱਪਰ ਹੁੰਦੇ ਨਾਂ ਦਾ ਪ੍ਰਸਤਾਵ ਕੀਤਾ ਹ ਇੱਕ ਬਿਆਨਾ ਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਹੋਰੇ ਆਖਿਆ ਜੇ ਹੁੰਦੇ ਨਾਂ ਦਾ ਪ੍ਰਸਤਾਵ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਹੋਰੇ ਪਾਰ ਦੇ ਰਾਸ਼ਟਰਪਤੀ ਲਈ ਵਿਪੱਖਸ਼ ਦੇ ਮੇਦਵਾਰ ਦੇ ਦੌਰ ਉੱਪਰ ਪਸਤਾਵਿਤ ਕੀਤਾ ਹਾ ਉਨੇ ਆਖਿਆ ਜੀ ਇਸ ਲਈ ਜੰਮੂ ਕਸ਼ਮੀਰ ਬੜੇ ਮੁਸ਼ਕਿਲ ਅਲਾਚਾ ਗੁਜ਼ਰਦਾ ਹੈ ਇਸ ਲਈ ਅਨਿਸ਼ਚਿਤਤਾ ਅਲੇ-ਆਲਾ ਅਚਾਰ ਨਿਕਲਣ ਲਈ ਉੰਦੀ ਕੋਸ਼ਿਸ਼ਾਂ ਦੀ ਲੋੜ ਹੈ ਇਹ ਜ਼ਿਕਰ ਕਰਨੇ ਯੋਗ ਹੈ ਜੇ ਰਾਸ਼ਟਰਪਤੀ ਚੁਣਾਲੇ ਨਾਮੰਕਨ ਵਾਲੀ ਪ੍ਰਕਿਰਿਆ 15 ਜੂਨ ਤੋਂ ਸ਼ੁਰੂ ਹੋਈ ਗਈ ਹੈ ਚੁਣਾ 18 ਜੁਲਾਈ ਦੀ ਤੇ ਨਤੀਜੇ 21 ਜੁਲਾਈ ਕੀ ਕੋਸ਼ਿਸ਼ ਕੀਤੇ ਜਾਣਗਣ ਦੇ ਸੱਚ ਕੋਵਿਡ ਠਮਾ ਠੀਕ ਹੋਣਿਆਲੇ ਦੀ ਦਰ 98.6 ਤਰਫੀ ਸਦੋਈ ਗਈ ਹੈ ਪਿਛਲੇ 24 ਘੰਟੇ ਦੌਰਾਨ ਮੁਲਕ ਪਰ ਐਥਮਾ ਕੋਵਿਡ ਦੇ 13216 ਮਾਮਲੇ ਸਾਹਮਣੇ ਆਏ ਨੇ ਤੇ 3 ਮਰੀਜ਼ਾਂ ਦੀ ਮੌਤ ਵੀ ਹੋਈ ਹੈ ਤਾਂ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਕੱਲ ਕੋਵਿਡ ਦੇ ਕੁੱਲ 22 ਨਵੇਂ ਮਾਮਲੇ ਸਾਹਮਣੇ ਆਏ ਜਿੰਦੇ ਚ 17 ਮਾਮਲੇ ਜੰਮੂ ਡਿਵੀਜ਼ਨ ਠਮਾ ਤੇ 5 ਮਾਮਲੇ ਕਸ਼ਮੀਰ ਘਾਟੀ ਦੇ ਬਕ ਬਕ ਇਸੇ ਠਮਾ ਦਰਜ ਕੀਤੇ ਗਏ ਦੇਸ਼ ਵਿੱਚ ਚਲਾਏ ਜਾ ਰਹੇ ਕੋਵਿਡ ਰੋਧੀ ਟੀਕਾਕਰਨ ਅਭਿਆਨ ਤਹਿਤ ਅਜੇ ਤੋੜੀ 196 ਕਰੋੜ ਸ਼ਾ ਮਤੇ ਟੀਕੇ ਲਾਏ ਜਾ ਚੁੱਕੇ ਹਨ ਅਖੀਰਾ ਚ ਖਾਸ ਖਾਸ ਖਬਰਾਂ ਇੱਕ ਵਾਰੀ ਪਰਤੀ ਹੈ ਗ੍ਰਹਿ ਤੇ ਰੱਖਿਆ ਮੰਤਰਾਲੇ ਅਗਨੀ ਵੀਰਿਆਂ ਸਤੇ ਪਹਿਲੇ ਥਮਾ ਮੌਜੂਦ ਆਰਕਸ਼ਣ ਦੇ ਇਲਾਵਾ 10% ਬਾਦੂ ਆਰਕਸ਼ਣ ਕੋਟੇ ਦੀ ਕੋਸ਼ਨਾ ਕੀਤੀ ਹੈ ਪੁਲਵਾਮਾ ਜ਼ਿਲ੍ਹੇ ਦੀ ਸੰਬੂਰਾਥਾਰ ਅਤਿਨਕਵਾਦੀਆਂ ਪੁਲਸਾ ਦੇ ਸਬ ਇੰਸਪੈਕਟਰ ਦੀ ਅਤਿਆਕਾਰ ਹੀ ਦਿੱਤੀ ਤਾਂ ਹੀ ਹੰਦਵਾੜਾ ਬਾਰਾਮੂਲਾ ਛਿੜਕਿਆਂ ਪਰ ਇੱਕ ਬਰੂਦੀ ਸੁਰੰਗ ਕੀ ਨਸ਼ਟ ਕਰ ਦਿੱਤਾ ਗਿਆ ਹੈ। ਪਦਰਵਾਚ ਆਲਾਤ ਤੇਤੀ ਕਨੇ ਸਾਮਾਨਯੋ ਵਰ ਦਿਨ ਅੱਜ 12 ਘੰਟਿਆਂ ਦੇ ਕਰਫਿਊ ਚ ਢਿਲ ਦਿੱਤੀ ਗਈ। ਇਸ ਦੌਰਾਨ ਕੋਈ ਮਾੜੀ ਘਟਨਾ ਦੀ ਖਬਰ ਨਹੀਂ ਹੈ। ਹਰ گاਉਂ ਹਰਿਆਲੀ ਪ੍ਰੋਗਰਾਮ ਤਹਿਤ 2022-23 ਬਰਿਆਸਤੇ 1 ਕਰੋੜ 35 ਲੱਖ ਬੂਟੇ ਲਾਣੇ ਦਾ ਲਕਸ਼ ਰੱਖਿਆ ਗਿਆ ਹੈ। ਤੇ ਹਲਕੀ ਬਰਖਾ ਦੇ ਬਾਅਦ ਜੰਮੂ ਕਸ਼ਮੀਰ ਚ ਲੋਕ ਕੰਗੀ ਗਰਮੀ tham ਰਾਤ ਹੋਈ ਹੈ ਅਗਲੇ 24 ਘੰਟੇ ਚ ਰੁਕੀ ਰੁਕੀ ਇਹ ਬਰਖਾ ਪਾਉਣੀ ਦੀ ਮੇਧ ਹੈ ਇਹ ਦੇ ਕੰਨਿਆ ਗੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋ ਗਾ